ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਗੈਸ ਖਪਤਕਾਰਾਂ ਦੇ ਲਈ ਆਈ ਵੱਡੀ ਰਾਹਤ ਲੱਗਣਗੀਆਂ ਮੌਜਾਂ ਹੀ ਮੌਜਾਂ ਦੋਸਤੋ ਵੀਡੀਓ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਘਰੇਲੂ ਗੈਸ ਖਪਤਕਾਰਾਂ ਦੇ ਲਈ ਵੱਡੀ ਰਾਹਤ ਭਰੀ ਖਬਰ ਹੈ ਹੁਣ ਉਹਨਾਂ ਨੂੰ ਸਬੰਧਤ ਗੈਸ ਏਜੰਸੀ ਦੇ ਡਿਲੀਵਰੀ ਮੈਨ ਖਪਤਕਾਰ ਦੇ ਰਸੋਈ ਘਰ ਦੇ ਸਿਲੰਡਰ ਦੀ ਡਿਲੀਵਰੀ ਦੇਣ ਤੋਂ ਪਹਿਲਾਂ ਗੈਸ ਚੋਰੀ ਨਹੀਂ ਕਰ ਸਕਣਗੇ ਇੰਡੀਅਨ ਗੈਸ ਕੰਪਨੀ ਵੱਲੋਂ ਘਰੇਲੂ ਗੈਸ ਸੈਕਟਰ ਦੇ ਵਿੱਚ ਉਤਾਰਿਆ ਗਿਆ ਬਲਾਸਟ ਪ੍ਰੂਫ ਗੈਸ ਸਿਲੰਡਰ ਇੱਕ ਨਵਾਂ ਗੈਸ ਸਿਲੰਡਰ ਮਾਰਕੀਟ ਦੇ ਵਿੱਚ ਕੰਪਨੀ ਲੈ ਕੇ ਆਈ ਹੈ ਜਿਸ ਦਾ ਨਾਮ ਹੈ ਬਲਾਸਟ ਪ੍ਰੂਫ ਗੈਸ ਸਿਲੰਡਰ ਪਾਰਦਰਸ਼ੀ ਤਕਨੀਕ ਇਸ ਨਾਲ ਲੈਸ ਹੋਣ ਕਾਰਨ ਖਪਤਕਾਰਾਂ ਨੂੰ ਅਲਰਟ ਕਰੇਗਾ ਕਿ ਡਿਲੀਵਰੀ ਮੈਨ ਦੇ ਦੁਆਰਾ ਸਿਲੰਡਰ ਦੇ ਵਿੱਚ ਗੈਸ ਦੀ ਮਾਤਰਾ ਸਹੀ ਹੈ ਜਾਂ ਨਹੀਂ ਸੋ ਕੰਪਨੀ ਦੇ ਅਧਿਕਾਰੀ ਡਿਪਟੀ ਜਨਰਲ ਮੈਨੇਜਰ ਡੀਐਮਜੀ ਨੇ ਦੱਸਿਆ ਹੈ ਕਿ ਸੇਲਸ ਅਧਿਕਾਰੀ ਹਰਦੇਵ ਸਿੰਘ ਵੱਧਨ ਸੇਲਸ ਅਧਿਕਾਰੀ ਸੰਚਿਤ ਸ਼ਰਮਾ ਵੱਲੋਂ ਪੰਜਾਬ ਸਟੇਟ ਆਫਿਸ ਚੰਡੀਗੜ੍ਹ ਦੇ ਤਹਿਤ ਪੈਂਦੇ ਜ਼ਿਲ੍ਹਾ ਲੁਧਿਆਣਾ ਸਥਿਤ ਬਚਨ ਗੈਸ ਸਰਵਿਸ ਦੇ ਬਲਾਸਟ ਪ੍ਰੂਫ ਗੈਸ ਸਿਲੰਡਰ ਦੀ ਸ਼ੁਰੂਆਤ ਕੀਤੀ ਆ ਮਹਾਰਾ ਨੇ ਦੱਸਿਆ ਹੈ ਕਿ ਉਕਤ ਸਿਲੰਡਰ ਦਾ ਵਜ਼ਨ ਸਿਰਫ 8 ਤੋਂ 10 ਕਿਲੋਗ੍ਰam ਹੈ ਜੋ ਦੇਖਣ ਦੇ ਵਿੱਚ ਕਾਫੀ ਆਕਰਸ਼ਿਤ ਲੱਗਦਾ ਉੱਥੇ ਚੁੱਕਣ ਅਤੇ ਰੱਖਣ ਦੇ ਵਿੱਚ ਕਾਫੀ ਹਲਕਾ ਹੈ ਤੇ ਕੰਪੋਜ਼ਿਟ ਯੰਤਰ ਦੇ ਦੁਆਰਾ ਤਿਆਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਕੰਪਨੀ ਦੇ ਵੱਲੋਂ ਮਾਰਕੀਟ ਦੇ ਵਿੱਚ ਉਤਾਰੇ ਗਏ ਲੋਹੇ ਦੇ ਸਿਲੰਡਰ ਜਿਹੜੇ 14.2 ਕਿਲੋਗ੍ਰam ਵਾਲੇ ਆ ਤੇ ਖਾਲੀ ਸਿਲੰਡਰਾਂ ਦਾ ਵਜ਼ਨ 16-17 ਕਿਲੋਮੀਟਰ ਹੁੰਦਾ ਤੇ ਭਰੇ ਜਾਣ ਤੋਂ ਬਾਅਦ ਵਜ਼ਨ 32 ਕਿਲੋਮੀਟਰ ਹੋ ਜਾਂਦਾ ਇਸ ਦੇ ਨਾਲ ਹੀ ਕੰਪਨੀ ਦੇ ਵੱਲੋਂ ਹੁਣ ਆਤੀ ਆਧੁਨਿਕ ਤਕਨੀਕ ਦੇ ਨਾਲ ਤਿਆਰ ਕੀਤਾ ਗਿਆ ਸਿਲੰਡਰ ਬਲਾਸਟ ਪ੍ਰੂਫ ਹੋਣ ਦੇ ਕਾਰਨ ਪੂਰਾ ਸਿਲੰਡਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵੱਲੋਂ ਹਾਲ ਦੀ ਕੜੀ ਵਿੱਚ 5 ਅਤੇ 10 ਕਿਲੋ ਵਾਲੀ ਸਮਰੱਥਾ ਦੇ ਸਿਲੰਡਰ ਹੀ ਮਾਰਕੀਟ ਦੇ ਵਿੱਚ ਉਤਾਰੇ ਗਏ ਨੇ ਬਾਕੀ ਹਾਲੇ ਬਾਅਦ ਦੇ ਵਿੱਚ ਕੱਢੇ ਜਾਣਗੇ ਧੰਨਵਾਦ